दर्पण टीवी दे सारे दर्शकों नूं मेरे वल्लों प्यार भरी सत श्री अकाल। मैं अपनी एक गज़ल दे चंद शेर लैके तुहाडे सामने पेश होया हाँ कि इसे नुकते च सारी जंग दा निरणा खड़ा है, इसे नुकते च सारी जंग दा निरणा खड़ा है, जबर किस दा है बड़ा ते सबर किस दा बड़ा है। उही गलती ना कर लेना कि जित के हार जाना, ਉਹੀ ਗਲਤੀ ਨਾ ਕਰ ਲੈਣਾ ਕਿ ਜਿੱਤ ਕੇ ਹਾਰ ਜਾਣਾ, ਤੁਹਾਡੇ ਵੱਲ ਇਕੇਰਾਂ ਦੇਖਦਾ ਫਿਰ ਜੁਗੜਾ ਹੈ, ਤੁਹਾਡੇ ਵੱਲ ਇਕੇਰਾਂ ਦੇਖਦਾ ਫਿਰ ਜੁਗੜਾ ਹੈ। ਕਮਲ ਹਰਗਿਜ਼ ਨਹੀਂ ਹੈ, ਕਮਲ ਹਰਗਿਜ਼ ਨਹੀਂ ਹੈ, ਇਹ ਕਮਲ ਦੇ ਭੇਸ ਅੰਦਰ ਉਜਾੜਾਂ ਦਾ ਸ਼ਹਿਨਸ਼ਾਹ ਜ਼ਹਿਰ ਭਰਿਆ ਅੱਕੜਾ ਹੈ, ਉਜਾੜਾਂ ਦਾ ਸ਼ਹਿਨਸ਼ਾਹ ਜ਼ਹਿਰ ਭਰਿਆ ਅੱਕੜਾ ਹੈ। ਕਿਸਾਨੀ ਦਾ ਅਤੇ ਕੁਰਸੀ ਦਾ ਮਿਸਾਲੀ ਘੋਲ ਹੈ ਜਾਰੀ, ਕਿਸਾਨੀ ਦਾ ਅਤੇ ਕੁਰਸੀ ਦਾ ਮਿਸਾਲੀ ਘੋਲ ਹੈ ਜਾਰੀ, ਕਿ ਟੈਂਕਾਂ ਸਾਹਮਣੇ ਹਿੱਕ ਤਾਣ ਕੇ ਰੰਬਾ ਖੜ੍ਹਾ ਹੈ, ਕਿ ਟੈਂਕਾਂ ਸਾਹਮਣੇ ਹਿੱਕ ਤਾਣ ਕੇ ਰੰਬਾ ਖੜ੍ਹਾ ਹੈ। ਜੇ ਇਹ ਰੁੱਖ ਸੁੱਕ ਗਏ ਤੇਰਾ ਸ਼ਹਿਰ ਵੀ ਝੁਲਸ ਜਾਣਾ, ਜੇ ਇਹ ਰੁੱਖ ਸੁੱਕ ਗਏ ਤੇਰਾ ਸ਼ਹਿਰ ਵੀ ਝੁਲਸ ਜਾਣਾ, ਜਿਨ੍ਹਾਂ ਦੇ ਅੱਜ ਹਰੇ ਹੋਵਣ ਦਾ ਤੈਨੂੰ ਦੁੱਖੜਾ ਹੈ, ਜਿਨ੍ਹਾਂ ਦੇ ਅੱਜ ਹਰੇ ਹੋਵਣ ਦਾ ਤੈਨੂੰ ਦੁੱਖੜਾ ਹੈ। ਇਸੇ ਨੁਕਤੇ 'ਚ ਸਾਰੀ ਜੰਗ ਦਾ ਨਿਰਣਾ ਖੜ੍ਹਾ ਹੈ, ਜਬਰ ਕਿਸ ਦਾ ਹੈ ਵੱਡਾ ਅਤੇ ਸਬਰ ਕਿਸ ਦਾ ਬੜਾ ਹੈ। ਜੀ ਸ਼ੁਕਰੀਆ, ਧੰਨਵਾਦ। ਜਿਨ੍ਹਾਂ ਦਰਸ਼ਕਾਂ ਨੇ ਅਜੇ ਤੱਕ ਦਰਪਣ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਉਹ ਹੁਣੇ ਹੀ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਜ਼ਰੂਰ ਦਬਾਓ।